ਤੇ ਇਸ ਵੇਲੇ ਦੀ ਵੱਡੀ ਖਬਰ ਦਿਬਰੂਗੜ੍ਹ ਅਸਾਮ ਜੇਲ੍ਹ ਤੋਂ ਸਾਹਮਣੇ ਆ ਰਹੀ ਹੈ ਤਾਂ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਇੱਕ ਹੋਰ ਸਾਥੀ ਦੇ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਖਡੂਰ ਸਾਹਿਬ ਦੀ ਚੋਣ ਹੁੰਦੀ ਹੈ, ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵੱਡੀ ਲੀਡ ਹਾਸਲ ਹੁੰਦੀ ਹੈ ਔਰ ਖਡੂਰ ਸਾਹਿਬ ਤੋਂ MP ਬਣ ਜਾਂਦੇ ਨੇ, ਤਾਂ ਹੁਣ ਅੰਮ੍ਰਿਤਪਾਲ ਸਿੰਘ ਉਹਨਾਂ ਤੋਂ ਬਾਅਦ ਬਰਨਾਲਾ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਬਰਨਾਲਾ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਨਸੀਰਉਦੀਨ ਜੇਲ੍ਹ ਦੇ ਵਿੱਚ ਬੰਦ ਕੁਲਵੰਤ ਸਿੰਘ ਰਾਉਕੇ ਜੋ ਨੇ ਉਹ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਾਜੇਕੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਕੁਲਵੰਤ ਸਿੰਘ ਰਾਉਕੇ ਉਹਨਾਂ ਦੇ ਜੋ ਭਰਾ ਮਹਾ ਸਿੰਘ ਨੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੁਲਵੰਤ ਸਿੰਘ ਰਾਉਕੇ ਹੋਣੀ ਬਰਨਾਲੇ ਤੋਂ ਚੋਣ ਲੜਨਗੇ। ਤਾਂ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਇਸ ਵੇਲੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜੋ ਕੁਲਵੰਤ ਸਿੰਘ ਰਾਉਕੇ ਨੇ ਉਹ ਇਸ ਵੇਲੇ ਬੰਦ ਨੇ ਔਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਦੜਬਾਹਾ ਤੋਂ ਜਿੱਥੇ ਪ੍ਰਧਾਨ ਮੰਤਰੀ ਬਾਜੇਕੇ ਉਹਨਾਂ ਨੇ ਐਲਾਨ ਕੀਤਾ ਹੈ ਚੋਣ ਲੜਨ ਦਾ, ਔਰ ਉੱਥੇ ਹੀ ਬਰਨਾਲਾ ਤੋਂ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਬਰਨਾਲਾ ਦੀ ਜੋ ਇਹ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਇਸ ਕਰਕੇ ਹੋ ਰਹੀ ਹੈ ਕਿਉਂਕਿ ਇੱਥੋਂ ਦੀ ਜੋ ਵਿਧਾਇਕ ਸੀ ਮੀਥੇਅਰ ਉਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਔਰ ਉਹਨਾਂ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਕੁਲਵੰਤ ਸਿੰਘ ਰਾਉਕੇ ਜੋ ਕਿ ਅੰਮ੍ਰਿਤਪਾਲ ਉਹਨਾਂ ਦੇ ਨਾਲ ਇਸ ਵੇਲੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹ ਚੋਣ ਲੜਨ ਜਾ ਰਹੇ ਨੇ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਉਹਨਾਂ ਦੇ ਭਰਾ ਮਹਾ ਸਿੰਘ ਹੋਣੀ ਜੁੜ ਚੁੱਕੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ TV ਦੇ ਉੱਤੇ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਇਹ ਐਲਾਨ ਕਿਸ ਤਰੀਕੇ ਦੇ ਨਾਲ ਵੇਖਿਆ ਜਾਵੇ। ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕੁਲਵੰਤ ਸਿੰਘ ਜੀ ਬਰਨਾਲਾ ਤੋਂ ਜ਼ਿਮਨੀ ਚੋਣ ਲੜਨ ਜਾ ਰਹੇ ਜੀ। ਉਹਨਾਂ ਨੇ ਮੇਰੀ 5-7-10 ਦਿਨ ਤੋਂ ਗੱਲ ਹੋ ਰਹੀ ਹੈ ਜੀ, ਤੇ ਕੱਲ ਉਹਨਾਂ ਨੇ ਐਲਾਨ ਕਰ ਦਿੱਤਾ ਜੀ। ਖਾਸ ਤੌਰ ਦੇ ਉੱਤੇ ਬਰਨਾਲੇ ਨੂੰ ਹੀ ਕਿਉਂ ਚੁਣਿਆ ਗਿਆ, ਕਿਉਂਕਿ ਤੁਸੀਂ ਰਾਉਕੇ ਪਿੰਡ ਤੁਹਾਡਾ ਹੈ, ਮੋਗਿਆ ਦੇ ਵਿੱਚ ਸੰਬੰਧਿਤ ਹੈ, ਤਾਂ ਕਿਸ ਤਰੀਕੇ ਦੇ ਨਾਲ ਤੁਹਾਡਾ ਇੱਥੇ ਨਾਤਾ ਜੋ ਹੈ ਬਰਨਾਲੇ ਦੇ ਵਿੱਚ ਹੁਣ ਬੈਠਦਾ ਹੋਇਆ ਨਜ਼ਰ ਆਊਗਾ? ਬਰਨਾਲਾ ਤੋਂ ਦੇਖੋ ਜੀ, ਕੁਲਵੰਤ ਸਿੰਘ ਦੇ ਫਾਦਰ ਸਾਹਿਬ ਜਹੇਦਾਰ ਭਾਈ ਸ਼ਹੀਦ ਚੜ੍ਹ ਸਿੰਘ ਜੀ, ਜਿਹੜੇ 1993 ਦੇ ਵਿੱਚ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਚੱਕ ਕੇ ਨਜਾਇਜ਼ ਸ਼ਹੀਦ ਕਰ ਦਿੱਤੇ ਗਏ ਸੀਗੇ ਜੀ। ਤੇ ਉਹਨਾਂ ਦਾ ਆਪਣੇ ਪੰਜਾਬ ਵਿੱਚ ਬਹੁਤ ਪਿਆਰ ਆ, ਤੇ ਆਸੇ ਪਾਸੇ ਏਰੀਏ ਇਲਾਕਾ ਬਰਨਾਲਾ, ਮੋਗਾ, ਜਿਹੜੇ ਵੀ ਬਠਿੰਡਾ ਤੱਕ ਬਹੁਤ ਪਿਆਰ ਸੀ ਉਹਨਾਂ ਦਾ ਜੀ। ਜੀ ਜੀ। ਤੇ ਉਹਨਾਂ ਉੱਪਰ ਵੀ 1987 ਉੱਪਰ 87 ਵਿੱਚ ਲਗਾਈ ਗਈ ਸੀਗੀ ਜਿਹਨਾਂ ਤੇ। ਤਾਂ ਹੁਣ ਜਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਪਹਿਲਾਂ ਐਲਾਨ ਕੀਤਾ ਚੋਣ ਜਿੱਤੀ ਵੀ, ਕੀ ਇਹ ਤੁਹਾਨੂੰ ਲੱਗਿਆ ਕਿ ਇਸ ਵੇਲੇ ਇਹ ਗਰਾਊਂਡ ਤਿਆਰ ਹੋਇਆ ਹੋਇਆ ਤਾਂ ਇਸ ਦੇ ਵਿੱਚ ਸਾਨੂੰ ਵੀ ਮੈਦਾਨ ਦੇ ਵਿੱਚ ਉਤਰਨਾ ਚਾਹੀਦਾ? ਦੇਖੋ ਜੀ, ਅਸੀਂ 1.5 ਸਾਲ ਤੋਂ ਵੇਟ ਕਰ ਰਹੇ ਹਾਂ। ਪਹਿਲਾਂ ਕਹਿੰਦੇ ਸੀ 1 ਸਾਲ ਤੋਂ ਬਾਅਦ NSA ਲੱਗ ਹੀ ਨਹੀਂ ਸਕਦੀ, ਉਸ ਤੋਂ ਬਾਅਦ ਦੂਰੀ NSA ਲਗਾ ਕੇ ਸਿੱਖਾਂ ਨੂੰ ਚੈਲੰਜ ਕੀਤਾ ਜੀ ਇੱਕ ਇਹਨਾਂ ਨੇ ਵੀ ਤੁਸੀਂ ਤੁਹਾਡੇ ਤੇ ਕੁਛ ਵੀ ਕਰ ਸਕਦੇ ਹਾਂ, ਅਸੀਂ ਧੱਕਾ ਵੀ ਕਰ ਸਕਦੇ ਹਾਂ। ਤੇ ਇਸ ਕਰਕੇ ਪਹਿਲਾਂ ਅਸੀਂ 40 ਸਾਲ ਤੋਂ ਫਾਦਰ ਸਾਹਿਬ ਸਾਡੇ ਜਹੇਦਾਰ ਭਾਈ ਚੜ੍ਹ ਸਿੰਘ ਚੱਕੇ ਹੋਏ ਨਜਾਇਜ਼, ਜੇ ਅਸੀਂ ਚੋਣਾਂ ਲੜਨੀਆਂ ਉਦੋਂ ਵੀ ਲੜ ਸਕਦੇ ਸੀਗੇ, ਪਰ ਨਹੀਂ, ਹੁਣ ਸਾਡੇ ਨਜਾਇਜ਼ ਧੱਕਾ ਹੋਣ ਲੱਗਿਆ, ਸਾਰੀਆਂ ਕੋਰਟਾਂ ਕਚਹਿਰੀਆਂ ਸਾਡੇ ਵਾਸਤੇ ਦਰਵਾਜ਼ੇ ਬੰਦ ਆ ਸਿੱਖ ਕੌਮ ਵਾਸਤੇ ਜੀ। ਅਸੀਂ ਸਿੱਖ ਕੌਮ ਅੱਗੇ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ ਤੇ ਝੋਲੀ ਅੱਡ ਕੇ ਜਾਵਾਂਗੇ, ਸਿੱਖ ਵੀ ਸਿੱਖ ਕੌਮ ਫੈਸਲਾ ਕਰੇ, ਇਨਸਾਫ਼ ਕਰੇ, ਉਹ ਲੈ ਕੇ ਦੇਵੇ ਸਿੱਖ ਕੌਮ ਸੰਤ ਸਮਾਜ ਜਿੰਨਾ ਵੀ ਹੈਗੀ ਸਾਰੀ, ਤੇ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਜੀ। ਏਜੰਡਾ ਕੀ ਹੋਊਗਾ, ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਇਹ ਏਜੰਡਾ ਹੈ ਜਾਂ ਬਰਨਾਲੇ ਦੀ ਡਿਵੈਲਪਮੈਂਟ ਤੁਹਾਡਾ ਮੁੱਖ ਤੌਰ ਦੇ ਉੱਤੇ ਏਜੰਡਾ ਹੋਊਗਾ, ਕਿਉਂਕਿ ਲੋਕਾਂ ਨੇ ਜੋ ਹੈ ਉਹ ਤੁਹਾਨੂੰ ਡਿਵੈਲਪਮੈਂਟ ਕਰਕੇ ਵੋਟਾਂ ਪਾਉਣੀਆਂ ਨੇ, ਲੋਕਾਂ ਨੇ ਜੇ ਤੁਹਾਨੂੰ MLA ਚੁਣਨਾ ਤਾਂ ਉਹਨਾਂ ਨੇ ਇਹ ਦੇਖਣਾ ਹੈ ਕਿ ਹਾਂ ਇਹ ਸਾਡੇ ਵਾਸਤੇ ਵਿਧਾਨ ਸਭਾ ਦੇ ਵਿੱਚ ਕੀ ਕੁਛ ਚੀਜ਼ਾਂ ਰੱਖ ਸਕਣਗੇ, ਕਿਹੜੇ ਮੁੱਦੇ ਰੱਖ ਸਕਣਗੇ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸਿੱਖ ਕੌਮ ਫੈਸਲਾ ਕਰੇ, ਜਿਹੜੇ ਸਿੱਖਾਂ ਨਾਲ ਧੱਕਾ ਹੋ ਰਿਹਾ ਜੀ, ਅਸੀਂ ਧੱਕੇ ਖਿਲਾਫ਼ ਇਹ ਜੰਗ ਲੜ ਰਹੇ ਹਾਂ ਜੀ।
ਸਭ ਤੋਂ ਮੇਨ ਮੋਟਿਵ ਹੈ ਉਹ ਹੈਗਾ ਧੱਕਾ ਜਿਹੜਾ ਪੰਜਾਬ ਸਰਕਾਰ ਕਰ ਰਹੀ ਸਾਡੇ ਨਾਲ, ਤੇ ਜੇ ਸਾਨੂੰ ਛੱਡਿਆ ਜਾਂਦਾ ਪਹਿਲਾਂ ਅਸੀਂ ਹੋ ਸਕਦਾ ਇਸ ਮਸਲੇ ਇੱਧਰ ਜਾਂਦੇ ਹੀ ਨਾ ਚੋਣਾਂ ਵਾਲੇ ਪਾਸੇ, ਪਰ ਜਦੋਂ ਹੁਣ ਦੂਰੀ NSA ਲਗਾ ਕੇ ਇਹਨਾਂ ਨੇ ਸਾਡੇ ਨਾਲ ਨਜਾਇਜ਼ ਧੱਕਾ ਕਰ ਰਹੇ ਆ, ਤੇ ਉਸ ਫੈਸਲੇ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਤੇ ਅਸੀਂ ਇਹ ਚੋਣਾਂ ਲੜਨ ਦਾ ਫੈਸਲਾ ਕੀਤਾ। ਬਾਕੀ ਸਿੱਖ ਕੌਮ ਸਾਰੀ ਨਾਲ ਹੋਵੇ ਤੇ ਕੋਈ ਵੀ ਫੈਸਲਾ ਜਿਹੜਾ ਉਹ ਕੰਮ ਫਤਿਹ ਹੋ ਕੇ ਰਹਿੰਦਾ ਜੀ। ਤਾਂ ਕੀ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਸਾਥ ਹੈ, ਕਿਉਂਕਿ ਅਜੇ ਅਨਾਊਂਸਮੈਂਟ ਤੁਹਾਡੇ ਵੱਲੋਂ ਕੀਤੀ ਗਈ ਹੈ ਤਾਂ ਸਲਾਹ ਮਸ਼ਵਰੇ ਨਾਲ ਹੀ ਸਭ ਕੁਝ ਇਹ ਐਲਾਨ ਕੀਤਾ ਗਿਆ ਜੀ? ਹਾਂਜੀ ਹਾਂਜੀ, ਸਾਰਿਆਂ ਦਾ ਸਲਾਹ ਮਸ਼ਵਰਾ ਹੋ ਗਿਆ, ਫਿਰ ਹੀ ਉਹਨਾਂ ਨੇ ਐਲਾਨ ਕੀਤਾ, ਫਿਰ ਮੈਨੂੰ ਉਹਨਾਂ ਨੇ ਦੱਸਿਆ ਵੀ ਸਾਰਿਆਂ ਦਾ ਸਲਾਹ ਮਸ਼ਵਰਾ ਹੈਗਾ ਤੇ ਤੁਸੀਂ ਐਲਾਨ ਕਰ ਦਿਓ। ਕਿਉਂਕਿ ਕੱਲ ਮੈਂ ਸਰਬਜੀਤ ਸਿੰਘ ਖਾਲਸਾ ਉਹਨਾਂ ਨਾਲ ਵੀ ਗੱਲਬਾਤ ਕਰ ਰਿਹਾ ਸੀ, ਇੰਟਰਵਿਊ ਉਹਨਾਂ ਦੀ ਕੀਤੀ ਹੈ, ਤਾਂ ਉਹਨਾਂ ਨੂੰ ਮੈਂ ਇਹ ਸਵਾਲ ਪੁੱਛਿਆ ਸੀ ਕਿ ਅੱਗੇ ਜ਼ਿਮਨੀ ਚੋਣਾਂ ਆ ਰਹੀਆਂ ਨੇ, ਗਿੱਦੜਬਾਹਾ ਹੈ, ਬਰਨਾਲਾ ਹੈ, ਚੱਬੇਵਾਲ ਹੈ, ਡੇਰਾ ਬਾਬਾ ਨਾਨਕ ਹੈ, ਤਾਂ ਤੁਸੀਂ ਆਪਣੇ ਉਮੀਦਵਾਰ ਉਤਾਰੋਗੇ? ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਅਜੇ ਤੱਕ ਤਾਂ ਸਾਡਾ ਕੋਈ ਪਲਾਨ ਨਹੀਂ ਹੈ, ਬਾਕੀ ਕਹਿੰਦੇ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਗੱਲਬਾਤ ਹੋਊਗੀ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਊਗੀ, ਤਾਂ ਫਿਰ ਫੈਸਲਾ ਲਿਆ ਜਾਊਗਾ। ਤਾਂ ਹੁਣ ਬਾਕੀ ਸੀਟਾਂ ਦੇ ਉੱਤੇ ਵੀ ਜਿਹੜੇ ਜੇਲ੍ਹ ਦੇ ਵਿੱਚ ਇਸ ਵੇਲੇ ਨਜ਼ਰਬੰਦ ਜਿਹੜੇ ਇਸ ਵੇਲੇ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ, ਤਾਂ ਉਹਨਾਂ ਦਾ ਵੀ ਪਲਾਨ ਬਣ ਰਿਹਾ ਚੋਣ ਲੜਨ ਦਾ? ਹਾਂਜੀ ਹਾਂਜੀ ਜ਼ਰੂਰ, ਸਾਰੀਆਂ ਜਿਹੜੀਆਂ ਚਾਰ ਦੀਆਂ ਚਾਰ ਸੀਟਾਂ ਰਹਿੰਦੀਆਂ ਉਹਨਾਂ ਤੇ ਸਾਰੇ ਸਿੰਗਲ ਚੋਣਾਂ ਲੜਨਗੇ, ਤੇ ਕਿਉਂਕਿ ਉਹਨਾਂ ਨਾਲ ਕਨੈਕਟ ਤਾਂ ਨਹੀਂ ਹੋ ਰਿਹਾ ਜੀ, ਕਿਉਂਕਿ ਪਰਿਵਾਰ ਤੋਂ ਬਿਨਾਂ ਉਹ ਜਿਹੜੇ ਡਿਬਰੂਗੜ੍ਹ ਸਿੰਘ ਹੋਰ ਕਿਸੇ ਨਾਲ ਗੱਲ ਉਹ ਕਰ ਨਹੀਂ ਸਕਦੇ, ਉਹਨਾਂ ਕੋਲ ਸਿਰਫ ਸਾਡੇ ਕੰਟੈਕਟ ਆ, ਉਹਨਾਂ ਤੇ ਗੱਲ ਕਰ ਸਕਦੇ ਜੀ ਉਹ। ਗਿੱਦੜਬਾਹਾ ਦਾ ਵੀ ਇਹ ਪੱਕਾ ਐਲਾਨ ਹੋ ਚੁੱਕਿਆ ਕਿ ਪ੍ਰਧਾਨ ਮੰਤਰੀ ਬੱਜ ਕੇ ਹੀ ਹੋਣਗੇ? ਫਿਲਹਾਲ ਮੇਰੀ ਬੱਜ ਕੇ ਪਰਿਵਾਰ ਨਾਲ ਕੋਈ ਕੰਟੈਕਟ ਤੇ ਗੱਲ ਨਹੀਂ ਹੋਈ, ਪਰ ਮੇਰੀ ਕੁਲਵੰਤ ਸਿੰਘ ਨਾਲ ਜ਼ਰੂਰ ਗੱਲਬਾਤ ਹੋਈ ਹੈ ਜੀ, ਜਿਹੜੇ ਇਸ ਮਸਲੇ ਦੇ ਜੀ, ਤੇ ਉਹਨਾਂ ਨੇ ਫਾਈਨਲ ਕਰ ਦਿੱਤਾ ਜੀ। ਔਰ ਜਦੋਂ ਨਾਮਜ਼ਦਗੀ ਹੋਊਗੀ ਤਾਂ ਹੁਣ ਸਾਰਾ ਜੋ ਇਹਨਾਂ ਦੀ ਇਲੈਕਸ਼ਨ ਦਾ ਪ੍ਰੋਸੈਸ ਹੋਊਗਾ ਉਹ ਤੁਹਾਡੇ ਵੱਲੋਂ ਦੇਖਿਆ ਜਾਊਗਾ? ਹਾਂਜੀ, ਬਾਕੀ ਸਾਰੀ ਸਿੱਖ ਕੌਮ ਨਾਲ ਹੈ ਜੀ, ਮਹਾਰਾਜ ਸਾਰਾ ਅੰਗ ਸੰਗ ਸਹਾਈ ਹੈ, ਜਿਹੜੀ ਅੱਗੇ ਸਰਬਜੀਤ ਸਿੰਘ ਭਾਈ ਖਾਲਸਾ ਦੀਆਂ ਚੋਣਾਂ ਹੋਈਆਂ ਉਦੋਂ ਵੀ ਸਾਰੀ ਸਿੱਖ ਕੌਮ ਨੇ ਨਾਲ ਮਿਲ ਕੇ ਸਾਰਾ ਕਾਰਜ ਸੰਪੂਰਨ ਕਰਾਇਆ, ਤੇ ਕੋਈ ਇਕੱਲਾ ਬੰਦਾ ਮਹਾਨ ਨਹੀਂ ਹੁੰਦਾ, ਸਾਰੀ ਸਿੱਖ ਕੌਮ ਨਾਲ ਖੜੇ ਸਾਥ ਦੇਵੇ। ਲੱਗਦਾ ਕਿ ਜੋ ਸਾਥ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਮਿਲਿਆ, ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਮਿਲਿਆ, ਉਹ ਤੁਹਾਨੂੰ ਵੀ ਮਿਲਦਾ ਹੋਇਆ ਨਜ਼ਰ ਆਊਗਾ? ਦੇਖੋ ਜੀ, ਸ਼ਹੀਦ ਪਰਿਵਾਰ ਜਹੇਦਾਰ ਸਿੰਘ ਦੀ ਕੁਰਬਾਨੀ ਆ, ਤੇ ਕੁਲਵੰਤ ਸਿੰਘ ਦੇ ਚਾਚਾ ਜੀ ਦਰਬਾਰ ਸਾਹਿਬ ਸ਼ਹੀਦੀ ਪਾਈ, ਉਹਨਾਂ ਨੇ 1984 ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਦਿਆਂ ਹੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਕੌਮ ਨੂੰ ਸਾਥ ਦੇਣਾ ਚਾਹੀਦਾ ਜੀ। ਜੇ ਮੈਂ ਗਲਤ ਨਹੀਂ ਤਾਂ ਕੁਲਵੰਤ ਸਿੰਘ ਹੋਣੀ ਰਾਉਕਿਓਣੀ ਇੱਕ ਸਰਕਾਰੀ ਨੌਕਰੀ ਕਰ ਰਹੇ ਸੀ, ਪੰਜਾਬ ਬਿਜਲੀ ਬੋਰਡ ਦੇ ਵਿੱਚ ਲੱਗੇ ਹੋਏ ਸੀ ਇਹ? ਹਾਂਜੀ, ਪੰਜਾਬ ਬਿਜਲੀ ਬੋਰਡ ਦੇ ਵਿੱਚ ਉਹ ਕਲਰਕ ਦੀ ਜੋਬ ਕਰਦੇ ਸੀਗੇ ਜੀ, ਉਹ 18 ਤਰੀਕ ਨੂੰ ਵੀ ਜੋਬ ਤੇ ਜਾ ਰਹੇ ਸੀ ਡਿਊਟੀ ਤੇ ਆਪਣੀ ਤੇ, ਤੇ ਉਸ ਤੋਂ ਬਾਅਦ ਇਹਨਾਂ ਦਾ ਪੰਜਾਬ ਸਰਕਾਰ ਦਾ ਜੋ ਮਾਹੌਲ ਰਚਿਆ ਇੱਕਦਮ ਫਾਸਟ ਫਾਸਟ ਇਹਨਾਂ ਨੇ ਵੀ ਕਿਤੇ ਖਾਲਸਾ ਵੀਰ ਦੁਆਰਾ ਨਾਲ ਚੱਲ ਪਵੇ ਉਹਨੂੰ ਰੋਕਣ ਦੀ ਖਾਤਰ, ਤੇ ਫਿਰ ਕੁਲਵੰਤ ਸਿੰਘ 2 ਦਿਨ ਥੋੜਾ ਪਾਸੇ ਰਹੇ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਗ੍ਰਿਫਤਾਰੀ ਦੇਣੀ ਪਈ ਜੀ ਬਾਅਦ ਵਿੱਚ, ਕਿਉਂਕਿ ਘਰ ਦੇ ਵਿੱਚ ਥੋੜੀ ਜਿਹੀ ਤੰਗੀ ਪੇਸ਼ੀ ਆ ਰਹੀ ਸੀਗੀ, ਕਿਉਂਕਿ ਪਰਿਵਾਰ ਦੇ ਵਿੱਚ ਪੁਲਿਸ ਵਗੈਰਾ ਜ਼ਿਆਦਾ ਗੇੜੇ ਮਾਰ ਰਹੀ ਸੀਗੀ। ਠੀਕ ਹੈ ਮਹਾ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ। ਤਾਂ ਸਾਡੇ ਨਾਲ ਕੁਲਵੰਤ ਸਿੰਘ ਮਹਾਕਿਓਣੇ ਦੇ ਰਾਉਕਿਓਣਾ ਦੇ ਜੋ ਭਰਾ ਨੇ ਮਹਾ ਸਿੰਘ ਹੋਣੀ, ਉਹ ਫੋਨ ਲਾਈਨ ਦੇ ਉੱਤੇ ਜੁੜੇ ਸੀ, ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੁਲਵੰਤ ਸਿੰਘ ਰਾਉਕਿਓਣੀ ਜੋ ਨੇ ਉਹ ਬਰਨਾਲਾ ਤੋਂ ਜ਼ਿਮਨੀ ਚੋਣ ਲੜਨਗੇ। ਤਾਂ ਬਰਨਾਲਾ ਦੇ ਵਿੱਚ ਹੁਣ ਇੱਕ ਹੋਰ ਆਜ਼ਾਦ ਉਮੀਦਵਾਰ ਦੇ ਚੋਣ ਲੜਨ ਦਾ ਐਲਾਨ ਹੋ ਚੁੱਕਿਆ, ਜਿੱਥੇ ਪਹਿਲਾਂ ਆਜ਼ਾਦ ਉਮੀਦਵਾਰਾਂ ਨੇ ਚੋਣ ਲੜੀ ਹੈ। ਲੋਕ ਸਭਾ ਚੋਣਾਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਪਹਿਲਾਂ ਜਿੱਥੇ ਇਹਨਾਂ ਆਜ਼ਾਦ ਉਮੀਦਵਾਰਾਂ ਦੇ ਵੱਲੋਂ ਚੋਣ ਲੜੀ ਗਈ ਹੈ, ਤਾਂ ਉੱਥੇ ਹੀ ਹੁਣ ਇੱਕ ਹੋਰ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹ ਅਨਾਊਂਸਮੈਂਟ ਹੋਈ ਹੈ ਜਲੰਧਰ ਜ਼ਿਮਨੀ ਚੋਣ ਜਿਹੜੀ ਹੈ ਉਸਦੇ ਉੱਤੇ ਇਸ ਵੇਲੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ, ਪਰ ਇਸ ਤੋਂ ਬਾਅਦ ਜਿਹੜੀਆਂ ਇਹ ਹੋਰ ਜ਼ਿਮਨੀ ਚੋਣਾਂ ਹੋਣੀਆਂ ਨੇ, ਕਿਉਂਕਿ ਇੱਥੋਂ ਹੀ ਜੋ MLA ਸੀ ਉਹ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਨੇ, ਜਿਸ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸੀ। ਗਿੱਦੜਬਾਹਾ ਦੀ ਸੀਟ ਖਾਲੀ ਹੋਈ ਹੈ, ਬਰਨਾਲਾ ਦੀ ਸੀਟ ਖਾਲੀ ਹੋਈ ਹੈ, ਚੱਬੇਵਾਲ ਦੀ ਸੀਟ ਖਾਲੀ ਹੋਈ ਹੈ, ਔਰ ਡੇਰਾ ਬਾਬਾ ਨਾਨਕ ਦੀ ਸੀਟ ਖਾਲੀ ਹੋਈ ਹੈ। ਤਾਂ ਇਹਨਾਂ ਸੀਟਾਂ ਦੇ ਉੱਤੇ ਹੁਣ ਕਿਹਾ ਜਾ ਰਿਹਾ ਕਿ ਸਾਰੀਆਂ ਸੀਟਾਂ ਦੇ ਉੱਤੇ ਅਸੀਂ ਆਪਣੇ ਉਮੀਦਵਾਰ ਉਤਾਰਾਂਗੇ। ਤਾਂ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀ
ਜੋ ਕੁਲਵੰਤ ਸਿੰਘ ਰਾਉਕੇ ਨੇ ਜੋ ਇਸ ਵੇਲੇ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਬਰਨਾਲਾ ਦੀ ਜ਼ਿਮਨੀ ਚੋਣ ਲੜਨਗੇ, ਬਰਨਾਲਾ ਤੋਂ ਉਮੀਦਵਾਰ ਹੋਣਗੇ, ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਹੋਣਗੇ। ਇਹਨਾਂ ਦੇ ਪਿਤਾ ਜੀ ਦੀ ਗੱਲ ਕਰ ਲਈਏ ਤਾਂ ਸ਼ਹੀਦ ਭਾਈ ਚੜ੍ਹਤ ਸਿੰਘ ਉਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੇ ਬਾਰੇ ਵੀ ਅੱਜ ਤੱਕ ਕਦੀ ਪਤਾ ਨਹੀਂ ਚੱਲ ਸਕਿਆ, ਉਹਨਾਂ ਨੂੰ ਸ਼ਹੀਦ ਕਿਵੇਂ ਕੀਤਾ ਗਿਆ, ਪੁਲਿਸ ਚੱਕ ਕੇ ਲੈ ਗਈ ਸੀ, ਔਰ ਕਹਿੰਦੇ ਕਿ ਉਹਨਾਂ ਨੇ ਵੀ NSA ਕੱਟੀ, ਔਰ ਉਸੇ ਤਰੀਕੇ ਦੇ ਨਾਲ ਕਹਿੰਦੇ ਹੁਣ ਕੁਲਵੰਤ ਸਿੰਘ ਰਾਉਕੇ ਹੋਣੀ ਜੋ ਨੇ ਉਹ NSA ਦੇ ਤਹਿਤ ਇਸ ਵੇਲੇ ਜੇਲ੍ਹ ਦੇ ਵਿੱਚ ਨੇ। ਔਰ ਨਾਲ ਹੀ ਇਹ ਵੀ ਜ਼ਿਕਰ ਕੀਤਾ ਗਿਆ ਉਹ ਕਹਿੰਦੇ ਕਿ ਉਹ ਤਾਂ ਆਪਣੀ ਨੌਕਰੀ ਕਰ ਰਹੇ ਸੀ, ਪੰਜਾਬ ਬਿਜਲੀ ਬੋਰਡ ਦੇ ਵਿੱਚ ਬਤੌਰ ਕਲਰਕ ਦੀ ਨੌਕਰੀ ਕਰ ਰਹੇ ਨੇ, ਤਾਂ ਉਸ ਤੋਂ ਬਾਅਦ ਹੀ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਔਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਉਕੇ ਪਰਿਵਾਰ ਜੋ ਹੈ ਇਹਨਾਂ ਦਾ ਪਿੰਡ ਰਾਉਕੇ ਹੈ ਔਰ ਮੋਗੇ ਦੇ ਨਾਲ ਸੰਬੰਧ ਰੱਖਦੇ ਨੇ, ਪਰ ਜਿਸ ਤਰੀਕੇ ਦੇ ਨਾਲ ਕਹਿੰਦੇ ਕਿ ਪਿਤਾ ਉਹਨਾਂ ਦੀ ਕੁਰਬਾਨੀ ਹੈ ਤਾਂ ਉਸ ਨੂੰ ਦੇਖਦੇ ਹੋਇਆ ਬਰਨਾਲੇ ਦੀ ਜਿਹੜੀ ਸੰਗਤ ਹੈ, ਬਰਨਾਲੇ ਦੇ ਜਿਹੜੇ ਲੋਕ ਨੇ ਉਹ ਵੀ ਸਾਥ ਦਿੰਦੇ ਹੋਏ ਨਜ਼ਰ ਆਉਣਗੇ। ਤਾਂ ਵੱਡੀ ਅਪਡੇਟ ਦੇ ਰਹੇ ਹਾਂ ਇਸ ਵੇਲੇ ਦੀ, ਬਰਨਾਲਾ ਜ਼ਿਮਨੀ ਚੋਣ ਤੋਂ ਜੋ ਹੈ ਉਹ ਕੁਲਵੰਤ ਸਿੰਘ ਰਾਉਕੇ ਹੋਣੀ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਹੋਣਗੇ, ਐਲਾਨ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਚੋਣ ਲੜਨ ਦਾ। ਔਰ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦਾ ਵੀ ਜ਼ਿਕਰ ਜਿਸ ਤਰੀਕੇ ਨਾਲ ਆ ਰਿਹਾ ਹੈ, ਤਾਂ ਡੇਰਾ ਬਾਬਾ ਨਾਨਕ ਤੋਂ ਵੀ ਜ਼ਿਕਰ ਆ ਰਿਹਾ ਕਿ ਉੱਥੋਂ ਦੀ ਵੀ ਉਮੀਦਵਾਰ ਉਲਾਨਿਆ ਜਾ ਸਕਦਾ ਹੈ। ਉੱਥੋਂ ਦੀ ਸ਼ਹੀਦ ਭਾਈ ਸਤਵੰਤ ਸਿੰਘ ਹੋਣੀ ਜਿਹੜੇ ਨੇ ਉਹਨਾਂ ਦੇ ਕਹਿੰਦੇ ਕਿ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਜੋ ਪਰਿਵਾਰਕ ਮੈਂਬਰ ਹੈ ਸੁਖਵਿੰਦਰ ਅਗਵਾਹ ਹੋਣੀ ਉਹ ਉਮੀਦਵਾਰ ਹੋ ਸਕਦੇ ਨੇ, ਜਾਂ ਫਿਰ ਉਹ ਗਿੱਦੜਬਾਹਾ ਆਉਂਦੇ ਨੇ। ਗਿੱਦੜਬਾਹਾ ਸੀਟ ਨੂੰ ਲੈ ਕੇ ਵੀ ਅਜੇ ਸਸਪੈਂਸ ਬਰਕਰਾਰ ਹੈ, ਪਰ ਹੁਣ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰਾਂ ਨੇ ਚੋਣ ਲੜੀ ਔਰ ਉਸ ਤੋਂ ਬਾਅਦ ਜੋ ਹੈ ਉਹ ਹੁਣ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਚੋਣ ਲੜਦੇ ਹੋਏ ਨਜ਼ਰ ਆਉਣਗੇ। ਪਾਲ ਸਿੰਘ ਉਹਨਾਂ ਤੋਂ ਬਾਅਦ